ਰੋਜ਼ਾਨਾ ਲੋਕ ਨਾਲ ਦਾ ਸਪੈਸ਼ਲ ਪ੍ਰੋਗਰਾਮ ਲੁਕਵਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅਹਿਮ ਤੇ ਵੱਡੀਆਂ ਖਬਰਾਂ। ਸਿਆਸਤ ਸਿਖਰਾਂ ਤੇ ਸੀ ਪਰ ਵੋਟਾਂ ਪੈਣ ਤੋਂ ਬਾਅਦ ਠੰਡ ਠੰਡੋਰਾ ਹੋ ਚੁੱਕਿਆ ਪਰ ਹੁਣ ਜਿਉਂ ਜਿਉਂ ਨਤੀਜਿਆਂ ਦੇ ਦਿਨ ਨੇੜੇ ਆ ਰਹੇ ਨੇ ਸਭ ਦੀ ਨਜ਼ਰਾਂ ਨਤੀਜਿਆਂ ਤੇ ਨੇ। ਜਿਹੜੇ ਉਮੀਦਵਾਰ ਨੇ ਉਹ ਫੁਰਸਤ ਦੇ ਪਲ ਮਨਾ ਰਹੇ ਨੇ ਤੇ ਲੋਕ ਨੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਆ ਕਿ ਆਖਿਰ ਕਿਹੜੀ ਪਾਰਟੀ ਲੋਕਾਂ ਦੇ ਉੱਤੇ ਰਾਜ ਕਰੇਗੀ। ਸਭ ਦਾ ਇਹੀ ਸਵਾਲ ਹੁੰਦਾ, ਸਭ ਨੂੰ ਇਸੇ ਦਾ ਇੰਤਜ਼ਾਰ ਹੁੰਦਾ, 10 ਮਾਰਚ ਦਾ ਸਭ ਇੰਤਜ਼ਾਰ ਕਰ ਰਹੇ ਨੇ। ਅਸੀਂ ਅਕਸਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਸਰਵੇ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਅੱਗੇ ਜਾ ਰਹੀ ਆ ਤੇ ਅੱਜ ਅਸੀਂ ਹੌਟ ਸੀਟਾਂ ਦੇ ਉੱਤੇ ਗੱਲਬਾਤ ਕਰਾਂਗੇ। ਕਿਉਂ ਗੱਲਬਾਤ ਕਰਨੀ ਜ਼ਰੂਰੀ ਆ? ਕਿਉਂਕਿ ਹਰ ਦਿਨ ਸਮੀਕਰਨ ਬਦਲਦੇ ਨੇ। ਕੁਝ ਦਿਨ ਪਹਿਲਾਂ ਵੀ ਸਾਡੇ ਸਹਿਯੋਗੀ ਦੇ ਵੱਲੋਂ ਹੌਟ ਸੀਟਾਂ ਦੇ ਉੱਤੇ ਸਰਵੇ ਕੀਤਾ ਸੀ ਪਰ ਉਸ ਤੋਂ ਬਾਅਦ ਹੁਣ ਅੱਜ ਸਰਵੇ ਕਰਨ ਦੀ ਇਸ ਕਰਕੇ ਜ਼ਰੂਰਤ ਪਈ ਆ ਕਿਉਂ ਸਮੀਕਰਨ ਨਿੱਤ ਬਦਲ ਰਹੇ ਨੇ। ਇਸ ਕਰਕੇ ਅੱਜ ਅਸੀਂ ਹੌਟ ਸੀਟਾਂ ਦੇ ਉੱਤੇ ਜ਼ਿਕਰ ਕਰਾਂਗੇ ਕਿ ਕਿਹੜੀ ਹੌਟ ਸੀਟ ਦੇ ਉੱਤੋਂ ਕਿਹੜੇ ਉਮੀਦਵਾਰ ਦਾ ਪਲੜਾ ਭਾਰੀ ਆ। ਇਹ ਜਿਹੜਾ ਸਾਡਾ ਸਰਵੇ ਹੁੰਦਾ, ਇਹ ਜਾਣਕਾਰੀ ਹੁੰਦੀ ਆ, ਇਹ ਤੱਥਾਂ ਦੇ ਆਧਾਰ ਤੇ ਹੁੰਦੀ ਆ, ਤਰਕ ਦੇ ਆਧਾਰ ਤੇ ਹੁੰਦੀ ਆ ਤੇ ਨਾਲ ਹੀ ਲੋਕਾਂ ਦੀ ਰਾਏ ਦੇ ਆਧਾਰ ਤੇ ਹੁੰਦੀ ਆ। ਕਿਉਂਕਿ ਹਰ ਦਿਨ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਜਿਹਨੇ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਆ, ਗੱਲਬਾਤ ਤੋਂ ਬਾਅਦ ਉਹਨਾਂ ਦੇ ਸਵਾਲਾਂ ਦਾ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਨਿਚੋੜ ਕੱਢਦੇ ਹਾਂ ਕਿ ਆਖਿਰ ਲੋਕਾਂ ਦੀ ਰਾਏ ਕੀ ਆ, ਕਿਹੜੀ ਪਾਰਟੀ ਕਿਵੇਂ ਅੱਗੇ ਜਾ ਰਹੀ ਆ। ਅੱਜ ਅਸੀਂ ਹੌਟ ਸੀਟਾਂ ਦੇ ਉੱਤੇ ਗੱਲਬਾਤ ਕਰਾਂਗੇ। ਮੇਨ ਮੇਨ ਸੀਟਾਂ ਨੇ ਜਿਹੜੀਆਂ, ਜਲਾਲਾਬਾਦ ਸੀਟ ਆ, ਚਮਕੌਰ ਸਾਹਿਬ, ਧੂਰੀ, ਪੰਧੌੜ, ਪਟਿਆਲਾ, ਲੰਬੀ ਸੀਟ ਆ, ਇਹਨਾਂ ਸੀਟਾਂ ਦੇ ਉੱਤੇ ਗੱਲਬਾਤ ਕਰਾਂਗੇ। ਪੂਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਸਭ ਦੇ ਮਨਾਂ ਦੇ ਵਿੱਚ ਇਹੀ ਸਵਾਲ ਆ ਕਿ ਦਿਨ ਜਿਹੜੇ ਨੇ ਮਹਿਜ 9 ਰਹਿ ਚੁੱਕੇ ਨੇ ਨਤੀਜਿਆਂ ਦੇ ਵਿੱਚ, ਤਾਂ ਕਿਹੜੀ ਪਾਰਟੀ ਅੱਗੇ ਜਾ ਰਹੀ ਆ, ਕਿਹੜੀ ਪਾਰਟੀ ਦਾ ਪਲੜਾ ਭਾਰੀ ਆ, ਮੁੱਖ ਮੰਤਰੀ ਕੌਣ ਹੋਵੇਗਾ, ਕਿਹੜੀ ਪਾਰਟੀ ਲੋਕਾਂ ਤੇ 22 ਤੋਂ 27 ਤੱਕ ਰਾਜ ਕਰੇਗੀ, ਸਵਾਲ ਇਹੀ ਆ। ਜਿੱਥੇ ਜਾਂਦੇ ਹਾਂ ਇਹੀ ਸਵਾਲ, ਇਹੀ ਗੱਲਾਂ, ਇਹੀ ਚਰਚਾਵਾਂ ਹੁੰਦੀਆਂ ਨੇ। ਤਾਂ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੌਟ ਸੀਟਾਂ ਦੀ ਗੱਲਬਾਤ ਕਰਾਂਗੇ ਕਿ ਹੌਟ ਸੀਟਾਂ ਤੇ ਕਿਸਦਾ ਪਲੜਾ ਭਾਰੀ ਆ। ਸ਼ੁਰੂਆਤ ਮੈਂ ਪਟਿਆਲੇ ਤੋਂ ਕਰਨਾ ਚਾਹਾਂਗਾ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਪਟਿਆਲਾ ਤੇ ਕੈਪਟਨ ਅਮਰਿੰਦਰ ਸਿੰਘ ਸ਼ਹਿਰੀ ਤੋਂ ਤੇ ਦੂਜੇ ਪਾਸੇ ਵਿਸ਼ਨੂੰ ਸ਼ਰਮਾ ਕਾਂਗਰਸ ਦੇ ਨੇ, ਆਮ ਆਦਮੀ ਪਾਰਟੀ ਦੇ ਜੀਤਪਾਲ ਕੋਹਲੀ ਤੇ ਅਕਾਲੀ ਦਲ ਦੇ ਹਰਪਾਲ ਜੁਨੇਜਾ ਨੇ। ਤੇ ਹੁਣ ਪਟਿਆਲਾ ਸੀਟ ਤੋਂ ਸ਼ੁਰੂਆਤ ਕਰਦੇ ਹਾਂ। ਪਟਿਆਲਾ ਸੀਟ ਦੀ ਕੀ ਲੱਗਦੀ ਆ ਭੂਮਿਕਾ? ਪਟਿਆਲਾ ਸੀਟ ਦੇ ਵਿੱਚ ਕਿਸਦਾ ਪਲੜਾ ਭਾਰੀ ਲੱਗਦਾ? ਕੀ ਪਟਿਆਲਾ ਸੀਟ ਕੈਪਟਨ ਦੇ ਹੱਕ ਦੇ ਵਿੱਚ ਜਾਵੇਗੀ? ਕੀ ਪਟਿਆਲਾ ਸੀਟ ਹਰਪਾਲ ਜੁਨੇਜਾ ਦੇ ਹੱਕ ਜਾਵੇਗੀ? ਕੀ ਪਟਿਆਲਾ ਸੀਟ ਤੋਂ ਕੌਣ ਬਾਜੀ ਮਾਰ ਸਕਦਾ? ਸਮੀਕਰਨ ਪਟਿਆਲਾ ਸੀਟ ਦੇ ਹੁਣ ਕੀ ਨੇ? ਅਦਰਾਂ ਜੀ, ਕੈਪਟਨ ਅਮਰਿੰਦਰ ਸਿੰਘ ਹੁਣੀ ਪੰਜਾਬ ਸਿਆਸਤ ਦੇ ਇੱਕ ਅਹਿਮ ਤੁਰਾਣੇ ਤੁਰਾਰੇ ਵੀ ਹਨ ਤੇ ਜਿਨ੍ਹਾਂ ਦੇ ਆਲੇ ਦੁਆਲੇ ਬੀਤੇ 5 ਸਾਲ ਜਿਹੜੀ ਆ ਸਿਆਸਤ ਜਿਹੜੀ ਘੁੰਮਦੀ ਰਹੀ ਹੈ। ਤਾਂ ਜਦੋਂ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਜਿਹੜੀ ਆਪਣੀ ਬਣਾਈ, ਤਾਂ ਉਸ ਵਕਤ ਉਹ ਹੋਰ ਕੇਂਦਰ ਦੇ ਵਿੱਚ ਆ ਜਾਂਦੇ ਆ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਪ੍ਰਾਪਤ ਆ, ਦੂਜੇ ਪਾਸੇ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਗਰੁੱਪ ਦਾ। ਹੁਣ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰਾਂ ਦੀ ਗੱਲ ਕੀਤੀ ਹੈ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਗੱਲ ਕੀਤੀ ਹੈ, ਤਾਂ ਉਹ ਇੱਕ ਤਗੜੀ ਫਾਈਟ ਜਿਹੜੇ ਆ ਉਹ ਦੇ ਰਹੇ ਨੇ ਕੋਹਲੀ ਵੀ, ਅਜੀਤਪਾਲ ਸਿੰਘ ਕੋਹਲੀ ਕਿਉਂਕਿ ਸਾਬਕਾ ਉਹ ਜਿਹੜੇ ਮੇਅਰ ਦੇ ਉੱਥੋਂ ਦੇ ਉਹ ਰਹੇ ਨੇ, ਉਹ ਵੀ ਇੱਕ ਫਾਈਟ ਦੇ ਰਹੇ ਨੇ, ਔਰ ਵਿਸ਼ਨੂੰ ਸ਼ਰਮਾ ਕਿਉਂਕਿ ਕਾਂਗਰਸ ਦੇ ਨੇ ਉਹ ਵੀ ਉਹਨਾਂ ਨੂੰ ਫਾਈਟ ਦੇ ਰਹੇ ਨੇ। ਤਾਂ ਅਮਾਨ ਜੀ, ਇਹ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਚੋਣਾਂ ਦਾ ਆਖਰੀ ਦਿਨ ਸਨ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਜਿਹੜੀ ਚੋਣ ਮੁਹਿੰਮ ਸੀ ਉਹਨਾਂ ਨੂੰ ਬਕਾਇਦਾ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਸਾਹਮਣਾ ਪਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੀ ਬੇਟੀ ਜਿਹੜੀ ਆ ਜੈਨਤ ਕੌਰ ਉਹ ਮੁਹਿੰਮ ਨੂੰ ਚਲਾ ਰਹੀ ਸੀ। ਪਰ ਅਖੀਰਲੇ ਐਂਡ ਸਮੇਂ ਦੇ ਉੱਤੇ ਜਦੋਂ ਭਾਜਪਾ ਦੇ ਰਾਜਨਾਥ ਸਿੰਘ ਹੁਣੀ ਆਏ, ਰਾਜਨਾਥ ਸਿੰਘ ਹੋਣਾਂ ਦੇ ਨਾਲ ਪ੍ਰਨੀਤ ਕੌਰ ਹੁਣੀ ਦਿਖਾਈ ਦਿੱਤੇ, ਤਾਂ ਪ੍ਰਨੀਤ ਕੌਰ ਹੋਣਾਂ ਵੱਲੋਂ ਇੱਕ ਮੁਹਿੰਮ ਜਿਹੜੀ ਆ ਉਹ ਸਾਂਭੀ ਗਈ। ਉਸਦਾ ਸਾਫ਼ ਅੰਗ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਉਹਨਾਂ ਦੇ ਆਪਣੇ ਜੱਦੀ ਹਲਕੇ ਦੇ ਵਿੱਚ ਵੀ ਜਿਹੜੀ ਸਥਿਤੀ ਆ ਉਹ ਪਹਿਲਾਂ ਵਾਲੀ ਜਿਹੜੀ ਆ ਉਹ ਨਹੀਂ ਰਹੀ। ਕਿ ਇਸ ਸਮੇਂ ਪਟਿਆਲਾ ਖੇਤਰ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੀ ਜਿਹੜੀ ਤੂਤੀ ਸੀ ਉਹ ਬੋਲਦੀ ਸੀ, ਪਰ ਸਥਿਤੀਆਂ ਬਦਲੀਆਂ, ਸਮੀਕਰਨ ਬਦਲੇ, ਉਹ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਚੋਂ ਅਲੱਗ ਥਲੱਗ ਤਾਂ ਪਏ, ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਵੀ ਮਨਾਂ ਤੋਂ ਉੱਤਰ ਗਏ। ਜੋ ਮਰਜ਼ੀ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਮੰਨਣ ਭਾਵੇਂ ਨਾ ਮੰਨਣ,
ਪੰਜਾਬ ਦੇ ਲੋਕਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਆਧਾਰ ਹੁਣ ਉਹ ਆਧਾਰ ਨਹੀਂ ਰਿਹਾ ਜਿਹੜਾ ਕਦੇ 2002 ਵਾਲਾ ਸੀ ਜਾਂ 2017 ਤੋਂ ਪਹਿਲਾਂ ਸੀ। ਕੇਵਲ ਤੇ ਕੇਵਲ ਆਪਣੇ 4.5 ਸਾਲ ਦੀ ਕਾਰਜਸ਼ੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਸਿਆਸੀ ਆਧਾਰ ਨੂੰ ਇੱਕ ਜ਼ਬਰਦਸਤ ਜਿਹੜਾ ਉਹਨੇ ਖੋਲਾ ਲਾਇਆ। ਜਿਸ ਤਰੀਕੇ ਨਾਲ ਪ੍ਰਨੀਤ ਕੌਰ ਹੋਣਾ ਦਾ ਆਉਣਾ ਔਰ ਇੱਕ ਕਿਸਮ ਦਾ ਖਤਰੇ ਦੀ ਸੰਭਾਵਨਾ ਜਿਹੜੀ ਆ, ਕਿਉਂਕਿ ਉਹਨਾਂ ਦੇ ਮੁਕਾਬਲੇ ਜਿਹੜੇ ਦੋ ਵਿਅਕਤੀ ਜੀਤਪਾਲ ਸਿੰਘ ਕੋਹਲੀ ਔਰ ਦੂਜੇ ਬੰਦੇ ਤੁਸੀਂ ਵਿਸ਼ਨੂੰ ਸ਼ਰਮਾ ਦਾ ਨਾਮ ਲੈ ਰਹੇ ਜੀ, ਕਿਸਾਨ ਮੋਰਚੇ ਦੇ ਵੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵੀ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਸ ਸੀਟ ਤੋਂ ਆਪਣੀ ਇੱਕ ਜ਼ਬਰਦਸਤ ਟੱਕਰ ਦਾ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਸਥਿਤੀਆਂ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਇੰਨੀਆਂ ਸਖਾਮੀਆਂ ਨਹੀਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਵੋਟਾਂ ਪੈ ਜਾਣ, ਕਿਉਂਕਿ ਹਰ ਪਾਰਟੀ ਉੱਥੇ ਚੋਣਾਂ ਜਿੱਤਣ ਜਿਹੜੀ ਆਈ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਤਗੜੀ ਜਿਹੜੀ ਫਾਈਟ ਆ ਹਰ ਪਾਰਟੀ ਉੱਥੇ ਦੇ ਰਹੀ ਆ, ਤਾਂ ਇਹ ਉਸੇ ਤਗੜੀ ਫਾਈਟ ਦੇਣ ਦਾ ਹੀ ਟੱਕਰ ਦੇਣ ਦਾ ਹੀ ਸਿੱਟਾ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ, ਜਿਹੜੇ ਕਾਂਗਰਸ ਦੇ MP ਨੇ ਜਿਹਨਾਂ ਨੇ ਪਹਿਲਾਂ ਇੰਨੀ ਗੱਲ ਕਹੀ ਸੀ ਕਿ ਮੈਨੂੰ ਅਜੇ ਤੱਕ ਕਾਂਗਰਸ ਵੱਲੋਂ ਨਹੀਂ ਆਇਆ, ਅਖੀਰ ਉਹਨਾਂ ਨੂੰ ਆਪਣੀ ਪਤਨੀ ਦੀ ਆਪਣੇ ਮਾਫ਼ ਕਰਦਾ ਆਪਣੇ ਪਤੀ ਦੀ ਜਿਹੜੀ ਚੋਣਾਂ ਦੀ ਕਮਾਨ ਜਿਹੜੀ ਸੀ ਉਹ ਸਾਂਭਣੀ ਪਈ। ਤਾਂ ਕਿਉਂਕਿ ਬੀਤੇ ਦੌਰ ਵਿੱਚ ਵੀ ਮਹਾਰਾਣੀ ਪ੍ਰਨੀਤ ਕੌਰ ਹੀ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਜਿਹੜੀ ਸੰਭਾਲ ਦੇ ਰਹੇ ਨੇ। ਸੋ ਕਹਿਣ ਦਾ ਅਰਥ ਹੈ ਕਿ ਪਟਿਆਲਾ ਸੀਟ ਜਿਹੜੀ ਹੌਟ ਜਿਹੜੀ ਇਸ ਕਰਕੇ ਆ ਕਿਉਂਕਿ ਉੱਥੇ 2 ਵਾਰ ਦਾ ਮੁੱਖ ਮੰਤਰੀ ਜਿਹੜਾ ਉਹ ਚੋਣ ਲੜਦਾ ਪਿਆ, ਪਰ ਸਥਿਤੀਆਂ ਜਿਹੜੀਆਂ ਨੇ ਉਹ ਪਹਿਲਾਂ ਵਾਲੀਆਂ ਜਿਹੜੀਆਂ ਉਹ ਨਹੀਂ ਰਹੀਆਂ। ਉੱਥੇ ਵੀ ਸਥਿਤੀਆਂ ਦੇ ਸਮੀਕਰਨ ਜਿਹੜੇ 10 ਮਾਰਚ ਨੂੰ ਬਦਲ ਸਕਦੇ ਆ ਜੀ। ਬਿਲਕੁਲ ਅਣਖੀ ਸਾਹਿਬ, ਗੱਲ ਕਰੀਏ ਤਾਂ ਇੱਕ ਹੁੰਦੀ ਆ ਕੱਟੜ ਵੋਟ ਜਿਹੜੀ ਹੁੰਦੀ ਆ, ਜਿਹੜੇ ਪੱਕੇ ਜਿਵੇਂ ਲਾ ਲਈਏ ਕਿ ਪੱਕੇ ਕਾਂਗਰਸੀ ਹੁੰਦੇ ਨੇ, ਪੱਕੇ ਅਕਾਲੀ ਹੁੰਦੇ ਨੇ, ਪੱਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ, ਤਾਂ ਅਕਾਲੀ ਦਲ ਦੀ ਗੱਲ ਕਰਾਂ ਮੈਂ ਤਾਂ ਅਕਾਲੀ ਦਲ ਦੇ 10,000 ਜਿਹੜੇ ਨੇ ਉਹ ਪੱਕੇ ਨੇ, ਕੱਟੜ ਵੋਟ ਆ ਜਿਹੜੀ ਉਹਨਾਂ ਦੀ ਅਕਾਲੀ ਦਲ ਦੀ। ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਅਜੀਤਪਾਲ ਕੋਹਲੀ ਦੇ ਜਿਹੜੇ ਪੱਕੇ ਸਮਰਥਕ ਨੇ ਜਾਂ ਵੋਟਿੰਗ ਕਹੀ ਉਹਨਾਂ ਦੀ, ਤਾਂ ਉਹਨਾਂ ਦੀ 25,000 ਵੋਟਿੰਗ ਆ, ਪਰ 25,000 ਲੋਕਾਂ ਦੇ ਵਿੱਚੋਂ ਵੀ ਜਿਹੜੇ ਨੇ ਦੂਜੀ ਪਾਰਟੀ ਨੂੰ ਵੋਟ ਭੁਗਤਾਉਂਦੇ ਹੋਏ ਨਜ਼ਰ ਜ਼ਰੂਰ ਆਉਂਦੇ ਹੁੰਦੇ ਨੇ। ਤੇ ਹੁਣ ਕੀ ਲੱਗਦਾ ਕਿ ਮੁਕਾਬਲਾ ਇੱਥੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਰਪਾਲ ਜੁਨੇਜਾ ਦਾ ਸਮਝਿਆ ਜਾਵੇ ਜਾਂ ਫਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਸਮਝਿਆ ਜਾਵੇ, ਕਿਉਂਕਿ ਪਟਿਆਲੇ ਦੇ ਲੋਕ ਭਲੀ ਭਾਂਤ ਜਾਣਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਪਟਿਆਲੇ ਦੇ ਲੋਕ ਕੀ ਆਪਣੇ ਸੂਬੇ ਦੇ ਲੋਕ ਜਾਣਦੇ ਨੇ, ਪਰ ਜਿਹੜੇ ਲੋਕ ਜ਼ਿਆਦਾ ਨੇੜੇ ਰਹਿੰਦੇ ਨੇ ਪਟਿਆਲੇ ਦੇ ਉਹ ਤਾਂ ਚੰਗੀ ਤਰ੍ਹਾਂ ਵਿਕਾਸ ਨੂੰ ਵੀ ਦੇਖਦੇ ਨੇ ਕਿ ਕਿੰਨਾ ਕੁ ਵਿਕਾਸ ਹੋਇਆ, ਬਾਕੀ ਹਰ ਦਿਨ ਜੋ ਅਧਿਆਪਕਾਂ ਤੇ ਅਤਿਆਚਾਰ ਕੀਤਾ ਉਹ ਵੀ ਚੰਗੀ ਤਰ੍ਹਾਂ ਭਲੀ ਭਾਂਤ ਜਾਣੂ ਨੇ। ਤਾਂ ਹੁਣ ਟੱਕਰ ਕਿਸਦੇ ਵਿੱਚ ਦੇਖੀਏ ਪਟਿਆਲੇ ਸੀਟ ਦੇ ਉੱਤੇ, ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੀ ਟੱਕਰ ਦੇਖੀਏ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਸਾਈਡ ਤੇ ਰਹਿ ਜਾਂਦੇ ਨੇ। ਦੇਖੋ ਜਿਸ ਤਰੀਕੇ ਨਾਲ ਤੁਸੀਂ 2-3 ਪਾਰਟੀਆਂ ਦੀ ਗੱਲ ਕੀਤੀ ਜਾਂ ਉਹਨਾਂ ਦੇ ਵੋਟ ਬੈਂਕ ਦੀ ਗੱਲ ਕੀਤੀ ਕਿ ਕੱਟੜ ਵੋਟ ਬੈਂਕ ਕਿੰਨਾ ਹੈਗਾ, ਤਾਂ ਟੱਕਰ ਕਿਹਦੀ ਹੈ ਪਟਿਆਲਾ ਸੀਟ ਤੋਂ? ਦੇਖੋ ਤੁਸੀਂ ਜਿਹੜੀਆਂ ਮੈਂ ਪਹਿਲਾਂ ਸਥਿਤੀਆਂ ਬਿਆਨ ਕੀਤੀਆਂ, ਤਾਂ ਉਹ ਸਥਿਤੀਆਂ ਦੇ ਵਿੱਚ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਸਖ਼ਤ ਮੁਕਾਬਲਾ ਕਰਨਾ ਪੈ ਰਿਹਾ, ਪਰ ਤੁਸੀਂ ਇਸ ਦਾ ਅਰਥ ਬਿਲਕੁਲ ਨਹੀਂ ਲੈ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਮੁਕਾਬਲੇ ਵਿੱਚ ਨਹੀਂ ਹੈ। ਬੇਸ਼ੱਕ ਉਹਨਾਂ ਦੀ ਪਾਰਟੀ ਨਵੀਂ ਆ, ਬੇਸ਼ੱਕ ਉਹਨਾਂ ਨੂੰ ਭਾਜਪਾ ਦਾ ਜਿਹੜਾ ਆਧਾਰ ਪੰਜਾਬ ਦੇ ਵਿੱਚ ਨਹੀਂ ਹੈਗਾ, ਉਸ ਪਾਰਟੀ ਦਾ ਸਮਰਥਨ ਪ੍ਰਾਪਤ ਹੈਗਾ, ਪਰ ਇਸ ਸਭ ਦੇ ਬਾਵਜੂਦ ਅਮਰਾਜੀ ਕੈਪਟਨ ਅਮਰਿੰਦਰ ਸਿੰਘ, ਖੁਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਰਕੇ ਜਿੰਨੀਆਂ ਵੀ ਪਾਰਟੀਆਂ ਨੇ ਸਾਰਿਆਂ ਦਾ ਉਹਨਾਂ ਦਾ ਮੁਕਾਬਲਾ ਜਿਹੜਾ ਹੈਗਾ ਔਰ ਮੁੱਖ ਮੁਕਾਬਲਾ ਅਗਰ ਮੰਨਿਆ ਜਾਵੇ ਤਾਂ ਉਹ ਆਮ ਆਦਮੀ ਪਾਰਟੀ ਜਿਹੜੇ ਉੱਥੋਂ ਦੇ ਉਮੀਦਵਾਰ ਨੇ ਸਾਬਕਾ ਮੇਅਰ ਜਿਹੜੇ ਨੇ ਉਹਨਾਂ ਦਾ ਇੱਕ ਜਨ ਆਧਾਰ ਜਿਹੜਾ ਉਹ ਤਕੜਾ ਆਧਾਰ ਆ, ਜਿਹੜੀ ਤੁਸੀਂ 25,000 ਵੋਟ ਜਿਹੜੀ ਆਮ ਆਦਮੀ ਪਾਰਟੀ ਦੀ ਕਹਿ ਰਹੇ ਜੀ। ਕਾਂਗਰਸ ਦੀ ਜਿਹੜੀ ਸਥਿਤੀ ਆ, ਕਿਉਂਕਿ ਉੱਥੇ ਬ੍ਰਹਮ ਹਿੰਦਰਾ ਵੀ ਆਪਣੇ ਬੇਟੇ ਨੂੰ ਟਿਕਟ ਦਵਾਉਣਾ ਚਾਹੁੰਦੇ ਸਮਝਿਆ ਮਿਲੀ ਜਾਂ ਨਹੀਂ ਮਿਲੀ, ਤਾਂ ਕਿਸੇ ਤਰੀਕੇ ਨਾਲ ਕਾਂਗਰਸ ਦੀ ਜਿਹੜੀ ਵੋਟ ਆ ਉਹ ਵੱਡੀ ਜਾ ਸਕਦੀ ਆ, ਕਿਉਂਕਿ ਜਿਸ ਤਰੀਕੇ ਨਾਲ ਬੀਤੇ ਚੋਣਾਂ ਦੇ ਦੌਰਾਨ ਜਿਹੜੀਆਂ ਸਥਿਤੀਆਂ ਸੀ ਪਾਰਟੀ ਦੀਆਂ ਕਮਜ਼ੋਰ ਹੋ ਗਈਆਂ, ਉਹ ਵੋਟ ਜਿਹੜੀ ਕਾਂਗਰਸ ਪਾਰਟੀ ਦੀ ਆ ਉਹ ਵੀ ਵੋਟ ਟੁੱਟ ਕੇ ਜਿਹੜੀ ਆ ਅਜੀਤਪਾਲ ਸਿੰਘ ਕੋਹਲੀ ਨੂੰ ਜਿਹੜੀ ਜਾ ਸਕਦੀ ਆ। ਸ਼੍ਰੋਮਣੀ ਅਕਾਲੀ ਦਲ ਤਾਂ ਵੋਟ ਚਿੱਤਰਾ ਵੋਟ ਬੈਂਕ 10,000 ਜਾਂ 15,000 ਜਿੰਨਾ ਵੀ ਹੈਗਾ ਉਹ ਵੋਟ ਬੈਂਕ, ਇਹ ਇੱਕ ਇਤਿਹਾਸ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਕਦੀ ਟੁੱਟਦਾ ਨਹੀਂ, ਉਹ ਆਪਣੇ ਆਪ ਨੂੰ ਹੀ ਆਪਣੀ ਪਾਰਟੀ ਨੂੰ ਕਹਿੰਦਾ, ਪਰ ਕਾਂਗਰਸ ਦਾ ਵੋਟ ਬੈਂਕ ਜਿਹੜਾ ਆ ਉਹ ਟੁੱਟ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾ ਸਕਦਾ ਔਰ ਗਿਆ ਵੀ ਹੋਵੇਗਾ। ਸੋ ਇਸ ਕਾਰਨ ਇਸ ਸੀਟ ਤੋਂ ਜਿਹੜਾ ਮੁਕਾਬਲਾ ਜੋ ਸਾਨੂੰ ਦਿਖਾਈ ਦੇ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਵਰਸਸ ਅਜੀਤਪਾਲ ਸਿੰਘ ਕੋਹਲੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੋਗਾ। ਇਹ ਕੇਵਲ ਇੱਕ ਸੀਟ ਦੀ ਗੱਲ ਨਹੀਂ ਆ, ਪੰਜਾਬ ਦੀਆਂ ਬਹੁਤ ਜਿਹੜੀਆਂ ਸੀਟਾਂ ਨੇ ਜਿੱਥੇ ਮੁਕਾਬਲਾ ਜਿਹੜਾ ਕਾਂਗਰਸ ਵਰਸਸ ਜਿਹੜਾ ਹੈ ਆਮ ਆਦਮੀ ਪਾਰਟੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉੱਥੇ ਕਾਂਗਰਸ ਦੇ ਉਮੀਦਵਾਰ ਨਹੀਂ ਆ, ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਦੇ ਵਿੱਚ ਇੱਕ ਤਾਕਤ ਲੀਡਰ ਨੇ, ਜਿਸ ਕਰਕੇ ਉਹਨਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਜਾਂ ਦੂਜੀਆਂ ਪਾਰਟੀਆਂ ਦਾ ਨਾਲ ਨਹੀਂ ਆ, ਉੱਥੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਿੱਧਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁੰਦਾ। ਸਿਰਫ ਇਸ ਕਰਕੇ
क्योंकि वो कांग्रेस के सबका मुख्यमंत्री ने, पंजाब के दो बार के मुख्यमंत्री रह चुके ने, लोग सभा मेंबर भी रह चुके हैं और पटियाले दे विच उन्हां दा एक तगड़ा धार आ और पंजाब के लोगों के भी कई समय वो एक हीरो एक नायक के तौर पर विचरते रहे। जी बिल्कुल अणखी साहब, पटियाला सीट की गल की आ, उस तो बाद आपां गल करिए कांग्रेस के मुख्यमंत्री के चेहरे चरणजीत सिंह चन्नी की, तो चमकौर साहब हालांकि दो सीटां तो चोण मैदान के उतरे सी, दो सीटां तो मैदान के उतरन तो बाद हुण जिहड़ा सर्वे आपां हर दिन करदे हुए नज़र आ, अज आपां चमकौर साहब की गल करिए दूजे नंबर पर, तो चमकौर साहब के स्थिति हो की भूमिका हो सकती है, क्योंकि चरणजीत सिंह के मुकाबले चरणजीत सिंह ने एक पासे आम आदमी पार्टी के चरणजीत सिंह, दूजे पासे पंजाब कांग्रेस के जिहड़े ने मुख्यमंत्री के चेहरे चरणजीत सिंह चन्नी ने, तो अकाली दल के जिहड़े हरमोहन सिंह संधू, भाजपा के दर्शन सिंह शिवजोत ने, तो की लगता है इस थे ये सीट के उत्ते चरणजीत सिंह चन्नी की स्थिति की हो सकती है कि आम आदमी पार्टी के चरणजीत इन्हों टक्कर दे सकते हैं? अज के समीकरण जे बयान करिए हुण दे समीकरण की हो सकते हैं सीट पर? देखो चमकौर साहब जिहड़ा हलका आ पंजाब के मुख्यमंत्री चरणजीत सिंह चन्नी उन्होंने एक रवायती हलका जिथों वो आजाद भी जिते ने, दो बार कांग्रेस की टिकट तो भी जिते ने, निरसंदेह तीन बार उस हल्के तो वह जित चुके ने, पर इस वे जी उन्होंने जी स्थिति है चमकौर साहब हल्के तो उन्नी वधिया नहीं मनी जा सकती, और इस गल की पत्नी जिहड़े ने वह भी एक पत्रकारों नाल गलबात करदे मान चुके आ कि जिहड़े उन्होंने हल्के के वोटर ने, हल्के के जिहड़े लोग ने वह उन्होंने नाराज ने, क्योंकि जो वह मुख्यमंत्री बने तो उन्होंने वह मिल नहीं सके, इस कारण जिहड़े हल्के के लोग ने चरणजीत सिंह चन्नी होना दे नाल नाराज तुरे हुंदे आ, ते शायद इहो ही नाराजगी का सिट्टा है इमरान जी की, जिस कारण चरणजीत सिंह चन्नी उन्होंने भदौड़ तो दूजे हल्के तो जाके जिहड़ी सीट आ जां चोणां जिहड़ियां दूजे तो लड़दियां पै रहियां ने, तो उत्थों वह लड़ रहे हैं। तो गल चमकौर साहब की गल करिए, चमकौर साहब के जरा मुकाबला है बहुत कौमी मुकाबला होगा, चरणजीत सिंह जिहड़े आम आदमी पार्टी के ने, दूजे पासे भाजपा के दर्शन सिंह उन्हां दा नाम लिया, अकाली दल के उम्मीदवार का नाम लिया, तो उहदे विच कार चन्नी चरणजीत सिंह चन्नी ने, तो चरणजीत सिंह चन्नी नूं घेरन वास्ते जिते ये पंज पार्टियां इस वेले तैयार बार तैयार ने, तो कुदरती तौर पर दूजे पासे चरणजीत सिंह चन्नी का अपना उस हल्के खुरदा सियासी आधार जिहड़ा आ उहनूं नुकसान पहुंचाउंदा जिहड़ा वह नजर आ रहा, क्योंकि उन्होंने पत्नी ने खुद यह गल कह चुके ने, यह गल अरविंद केजरीवाल होने भी कह चुके ने, बकायदा तौर पर दो बार उन्होंने मतलब माफ करना दोवों हल्कों को गिनती भी दसती है कि चमकौर साहब तो इन वोटों के नाल चरणजीत सिंह चन्नी हार गए, तो भदौड़ हल्के तो इन वोटों हारते पे ने, केजरीवाल होनी तो चरणजीत सिंह चन्नी दोवें सीटों को हरा रहे हैं, पर खैर यह उन्होंने एक सियासी जुमला हो सकता या सियासी वार हो सकता, पर जिहड़ी असीं तत्थां दे आधार ते गल कर रहे हैं उत्थे जिहड़ा मुकाबला है जो तुसीं मैनूं प्रश्न किया चरणजीत सिंह चन्नी वर्सिज आम आदमी पार्टी, क्योंकि कितें भी अपने अमरान जी मैं पिछले दौर दे विच जदों दे आपां सियासी सर्वे कर रहे हैं जिथे भी लोगों नाल गल करते हैं इहो ही तत्थ सामने आउंदा कि मुकाबला जिहड़ा कांग्रेस वर्सिज आम आदमी पार्टी बन गया। यह भी एक तथ्य पता लगे कि जिहड़े अकाली सन उन्होंने अपने समर्थकों को यह भी गल कितें कही कि बेशक तुसीं सानूं वोटां नहीं पाउणियां, तुसीं ना पायो उहनूं तुसीं कांग्रेस नूं पा दो, पर आम आदमी पार्टी नूं वोटां ना पायो। एक रिकॉर्डड बयान आ, एक वड्डे नेता का बयान है जो बीते दौर च साडे कोल पहुंचिया हैगा। जदों इहो जिहियां स्थितियां बनदियां ने तां फिर कुदरती तौर ते चाहे कांग्रेस है चाहे भाजपा है चाहे पंजाब लोक कांग्रेस पार्टी है चाहे श्रोमणी अकाली दल बसपा गठजोड़ आ ते चाहे किसान संयुक्त किसान मोर्चा, इन्हां सारिआं दा जिहड़ी टक्कर जां मुकाबला रहा वह आम आदमी पार्टी दा रहा, क्योंकि यह रवायती पार्टियां सोचदियां ने कि मैं नहीं तुसीं आ जाओ तुसीं नहीं असीं आ जाईए, पर जिहड़ी बाहर जिहड़ी पार्टी जिसनूं वह कहिंदे ने आम आदमी पार्टी जिहड़ी आ पंजाब दे विच नहीं आउणी चाहीदी, शायद इसे ही कारण अज मैं गल कोड कीती कि उन्होंने इन्नी गल कही कि तुसीं बेशक सानूं वोटां ना पाओ वह वोटां जे पाउणियां ने तुसीं कांग्रेस नूं पा दो। तां अजिही स्थिति दे विच चमकौर साहब हल्के तों जिथे चरणजीत सिंह चन्नी होणा नूं भगौड़ा भी लोक कहिंदे ने कि भगौड़ा हो के उत्थों वह दूजे पासे भदौड़ हल्के ते गए ने, तां कुदरती तौर ते उत्थे उन्हां दा मुकाबला अपने ही सरदामी जिहड़े ने चरणजीत सिंह दे नाल हैगा। हुण वेखणा यह होवेगा कि 10 मार्च नूं
लोग जिहड़े ने किस हथ विच फतवा दिंदे ने। हाँ, चरणजीत सिंह चन्नी दे हक दे विच अगर वेख्या जावे तां इक गल इहो जांदी आ कि उह पंजाब दे मौजूदा मुख्यमंत्री ने, ते जेकर मौजूदा मुख्यमंत्री ही अपनी सीट तों अपने रवायती जां जद्दी सीट तों ही हार जांदा तां फिर मेरा नहीं ख्याल कि कोई जन आधार जिहड़ा कोई उहनां दा ज्यादा बचदा होवे। हाँ, प्रश्न जिहड़ा तुहाडा सी उह इहो सी कि उह सीट तों जिहड़ा मुकाबला है ਉਹ ਕਿਹੜੇ ਕਿਹੜੇ ਵਿਚਕਾਰ ਆ, ਤਾਂ ਉਹ ਸਾਫ ਹੈ ਕਿ ਉੱਥੇ ਮੁਕਾਬਲਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਵਿਚਕਾਰ ਹੈਗਾ ਜੀ। ਔਰ ਸਥਿਤੀ ਜਿਹੜੀ ਹੈ ਉੱਥੇ ਕਮਜ਼ੋਰ ਸਥਿਤੀ ਜੋ ਰਿਪੋਰਟਾਂ ਤੋਂ, ਮੀਡੀਆ ਰਿਪੋਰਟਾਂ ਤੋਂ ਜਾਂ ਉਹ ਪੁਰਾਣੀਆਂ ਇੰਟਰਵਿਊਜ਼ ਜਿਹੜੀਆਂ ਅਸੀਂ ਦੇਖਦੇ ਹਾਂ ਉੱਥੋਂ ਇਹੋ ਲੱਗਦੀ ਹੈ ਕਿ ਚਰਨਜੀਤ ਸਿੰਘ ਚੰਨੀ ਹੋਣੀ ਉੱਥੋਂ ਕਮਜ਼ੋਰ ਜਿਹੜੀ ਆ ਫਾਈਟ ਜਿਹੜੀ ਆ ਉਹ ਦੇ ਰਹੇ ਨੇ। ਉਦਾਂ ਉੱਥੇ ਦੂਜੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਮੁਕਾਬਲੇ ਜ਼ਿਆਦਾ ਹਾਵੀ ਨਜ਼ਰ ਆਉਂਦੀਆਂ ਨੇ, ਖਾਸ ਤੌਰ 'ਤੇ ਆਮ ਆਦਮੀ ਪਾਰਟੀ ਜੀ। ਬਿਲਕੁਲ ਬਿਲਕੁਲ, ਸਭ ਦੀਆਂ ਨਜ਼ਰਾਂ ਜਿਹੜੀ ਸੀਟ 'ਤੇ ਸੀ ਅਣਖੀ ਸਾਹਿਬ, ਹੁਣ ਉਹ ਸੀਟ 'ਤੇ ਆਪਾਂ ਗੱਲ ਕਰੀਏ ਤਾਂ ਅੰਮ੍ਰਿਤਸਰ ਪੂਰਵੀ ਸੀਟ, ਕਿਉਂਕਿ ਉੱਥੇ ਦੋ ਧਾਕੜ ਨੇਤਾ, ਇੱਕ ਪਾਸੇ ਬਿਕਰਮ ਮਜੀਠੀਆ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ। ਦੂਜੇ ਇਹ ਆ ਕਿ ਇੰਝ ਲੱਗ ਰਿਹਾ ਸੀ ਕਿ ਮੁੱਦਿਆਂ ਦੀ ਰਾਜਨੀਤੀ ਤਾਂ ਚਲੋ ਛੱਡੋ, ਹੁਣ ਤਾਂ ਐਂ ਲੱਗਦਾ ਸੀ ਕਿ ਅੰਮ੍ਰਿਤਸਰ ਪੂਰਵੀ ਸੀਟ ਤਾਂ ਇੱਕ ਆਪਣੀ ਨਿੱਜੀ ਲੜਾਈ ਜਿਹੜੇ ਲੜਦੇ ਹੋਏ ਨਜ਼ਰ ਆ ਰਹੇ ਨੇ, ਸਭ ਕੁਝ ਦਾ ਧਿਆਨ ਸੀ, ਪਰ ਉੱਥੇ ਵੋਟ ਪ੍ਰਸੈਂਟਿੰਗ ਵੀ ਘੱਟ ਹੋਈ ਆ, ਅਤੇ ਇਹਨਾਂ ਦੇ ਮੁਕਾਬਲੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ, ਦੂਜੇ ਪਾਸੇ ਬਿਕਰਮ ਮਜੀਠੀਆ ਅਤੇ ਤੀਜੇ ਪਾਸੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ। ਅਤੇ ਉਹਨਾਂ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਸੀ ਕਿ ਇਹ ਜਿਹੜੇ ਨੇ ਦੋ ਸਾਲਾਂ ਦੇ ਭੇੜ ਨੇ, ਲੜਦੇ ਰਹਿ ਜਾਣਗੇ, ਅਸੀਂ ਬਾਜ਼ੀ ਮਾਰ ਜਾਂਗੇ। ਅਤੇ ਹੁਣ ਹਾਲਾਤ ਜਿਹੜੇ ਨੇ ਉੱਥੇ, ਸਥਿਤੀ ਜਿਹੜੀ ਆ, ਪਲੜਾ ਕਿਸ ਦਾ ਭਾਰੀ ਲੱਗਦਾ, ਕਿਉਂਕਿ ਤਿੰਨਾਂ ਦੇ ਵਿੱਚ ਮੁਕਾਬਲਾ ਕੜਾ ਅੰਮ੍ਰਿਤਸਰ ਪੂਰਵੀ ਸੀਟ 'ਤੇ, ਨਜ਼ਰਾਂ ਵੀ ਸਭ ਦੀਆਂ ਸੀ ਉੱਥੇ ਦੇ, ਕੀ ਸਥਿਤੀ ਆ, ਕੀ ਭੂਮਿਕਾ? ਦੇਖੋ, ਪੰਜਾਬ ਦੀ ਜਿਹੜੀ ਹੌਟ ਸੀਟ ਸਭ ਤੋਂ ਜ਼ਿਆਦਾ ਮੰਨੀ ਜਾ ਰਹੀ ਹੈ ਉਹ ਅੰਮ੍ਰਿਤਸਰ ਪੂਰਬੀ ਹੀ ਹੈ, ਜਿੱਥੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਤ ਸਿੰਘ ਮਜੀਠੀਆ ਆਹਮੋ ਸਾਹਮਣੇ ਨੇ। ਤੀਜਾ ਡਾਕਟਰ ਜੀਵਨਜੋਤ ਕੌਰ, ਜਿਹੜੇ ਜਿਹਨਾਂ ਦਾ ਨਾਮ ਮਜੀਠੀਆ ਸਾਹਿਬ ਦੇ ਆਉਣ ਤੋਂ ਪਹਿਲਾਂ ਸ਼ਾਇਦ ਕੋਈ ਜਾਣਦਾ ਵੀ ਨਹੀਂ ਸੀ, ਉਹ ਵੀ ਲਾਈਮਲਾਈਟ ਦੇ ਵਿੱਚ ਆ ਗਏ। ਤਾਂ ਉੱਥੇ ਜਿਹੜਾ ਮੁਕਾਬਲਾ ਹੈ, ਤਿਕੋਨਾ ਮੁਕਾਬਲਾ ਜਿਹੜਾ ਉਹ ਬਣ ਚੁੱਕਾ, ਕਿਉਂਕਿ ਭਾਜਪਾ ਦੇ ਜਗਮੋਹਨ ਸਿੰਘ ਰਾਜੂ ਹੋਣੀ ਜਿਹੜੇ ਨੇ ਉਹ ਠੀਕ ਠਾਕ ਨੇ, ਜਿਸ ਤਰੀਕੇ ਦੀ ਵੀ ਜਿਹੜੀ ਸਿਚੁਏਸ਼ਨ ਜਾਂ ਮਜੀਠੀਆ ਸਾਹਿਬ ਨਾਲ ਜਿੱਦਾਂ ਦੇ ਉਹਨਾਂ ਦੇ ਸੰਬੰਧ ਨੇ। ਹੁਣ ਜੇਕਰ ਉਸ ਸੀਟ ਤੇ ਮੈਂ ਸਰਵੇ ਦੀ ਗੱਲ ਕਰਾਂ, ਪਲੜਾ ਭਾਰੀ ਦੀ ਗੱਲ ਕਰਾਂ, ਅਮਰਾਨ ਜੀ ਉਸ ਹਲਕੇ ਤੋਂ ਵਿੱਚੋਂ, ਕਿਉਂਕਿ ਉਹ ਆਪਣੇ ਲਾਗੇ ਪੈਂਦਾ, ਉਸ ਹਲਕੇ ਦੇ ਵਿੱਚ ਆ ਕੇ ਉਹਨਾਂ ਚੋਣਾਂ ਦੇ ਦਰਮਿਆਨ ਵੇਖਣ ਨੂੰ 10 ਫਰਵਰੀ ਨੂੰ ਜਿਸ ਨੂੰ ਚੋਣਾਂ ਹੋਈਆਂ ਸੀ, ਉਦਣ ਜਦੋਂ ਅਸੀਂ ਪਹੁੰਚੇ ਉੱਥੇ ਦੇਖਿਆ, ਔਰ ਉਸ ਤੋਂ ਪਹਿਲਾਂ ਵੀ ਜੋ ਰਿਪੋਰਟਾਂ ਸਾਡੇ ਤੱਕ ਪਹੁੰਚੀਆਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਇਲਾਕੇ ਦੇ ਵਿੱਚ ਜੋ ਸਾਡੇ ਤੱਕ ਰਿਪੋਰਟਾਂ ਨੇ ਕਥਿਤ ਤੌਰ ਤੇ, ਮੈਂ ਦਾਅਵਾ ਨਹੀਂ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਤਰੀਕੇ ਦੀ ਜਿਹੜੀ ਵਰਤੋਂ ਆ ਉਸ ਹਲਕੇ 'ਚ ਕੀਤੀ ਗਈ, ਪੈਸੇ ਨਾਲ ਪੈਸਾ, ਸ਼ਰਾਬ ਨਾਲ ਸ਼ਰਾਬ, ਦਾਰੂ, ਹੋਰ ਨਿੱਤ ਵਰਤੋਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਵੱਡੀਆਂ ਗਈਆਂ। ਔਰ ਇਹ ਵੀ ਗੱਲ ਪਤਾ ਲੱਗੀ 10-10 ਹਜ਼ਾਰ 'ਚ ਇੱਕ ਵੋਟ ਜਿਹੜੀ ਆ ਉੱਥੇ ਕਥਿਤ ਤੌਰ ਤੇ ਵਿਕੀ ਹੈ, ਬਕਾਇਦਾ ਤੌਰ ਤੇ ਚੈੱਕ ਕੱਟ ਕੇ ਜਿਹੜੇ ਦਿੱਤੇ ਗਏ। ਭਾਵ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਬਸਪਾ ਗੱਠਜੋੜ ਜਿਹੜਾ ਗੱਠਜੋੜ ਆ ਇਸ ਹਲਕੇ ਦੇ ਵਿੱਚ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਹਰ ਤਰੀਕੇ ਦੀ ਜਿਹੜਾ ਜ਼ੋਰ ਆ, ਹਰ ਤਰੀਕੇ ਦਾ ਅਸਤਰ ਸ਼ਸਤਰ ਜਿਹੜਾ ਉਹ ਨੀਤੀ ਜਿਹੜੀ ਅਪਣਾਈ ਗਈ, ਜਿਸ ਤਰ੍ਹਾਂ ਕਹਿੰਦੇ ਆ ਮੁਹੱਬਤ ਦੇ ਜੰਗ 'ਚ ਸਭ ਕੁਝ ਜਾਇਜ਼ ਹੁੰਦਾ, ਸ਼੍ਰੋਮਣੀ ਅਕਾਲੀ ਦਲ ਨੇ ਹਰ ਤਰੀਕੇ ਦੇ ਨਾਲ ਇਸ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿੱਚ ਜਿਹੜੀ ਚੋਣ ਆ ਉਹ ਲੜੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਲੜੀ ਹੈ, ਤੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੇ ਇਸੇ ਹਲਕੇ ਦੇ ਕੌਂਸਲਰਾਂ ਨੂੰ ਤੋੜਿਆ, ਆਪਣੇ ਨਾਲ ਵੀ ਲਾਇਆ, ਔਰ ਬਹੁਤ ਕੁਝ ਇਹੋ ਜਿਹਾ ਉੱਥੇ ਕੀਤਾ ਜਿਸ ਨਾਲ ਮੁੱਦਾ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਉੱਥੇ ਇਕੱਲੇ ਪੈ ਜਾਣ, ਅਲੱਗ ਥਲੱਗ ਪੈ ਜਾਣ। ਤਾਂ ਉਹ ਸਾਰੀ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਉਹ ਆਪਣੇ ਖੇਤਰ ਹਲਕੇ ਪੂਰਬੀ ਵਿੱਚ ਸੀਮਤ ਰਹਿ ਗਏ, ਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਉੱਥੋਂ ਤੱਕ ਸੀਮਤ ਰਹਿ ਗਏ ਜਿਹੜੀ ਸਥਿਤੀ ਆ ਇਹਦੇ ਉਲਟ ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਨੇ ਹਮੇਸ਼ਾ ਉੱਥੇ ਇਹੋ ਗੱਲ ਕਹੀ ਕਿ ਮੈਂ ਇੱਕ ਇਮਾਨਦਾਰ ਵਿਅਕਤੀ ਹਾਂ, ਮੇਰੇ ਤੇ ਕੋਈ ਦਾਗ ਨਹੀਂ ਆ, ਇਹ ਲੋਕਾਂ ਨੇ ਫੈਸਲਾ ਕਰਨਾ ਕਿ ਲੋਕਾਂ ਨੇ ਕਥਿਤ ਤੌਰ ਤੇ ਅਖੌਤੀ ਡਰੱਗ ਮਾਫੀਆ ਨੂੰ ਚੁਣਨਾ ਕਿ ਜਾਂ ਇੱਕ ਇਮਾਨਦਾਰ ਬੰਦੇ ਨੂੰ ਚੁਣਨਾ। ਇਹ ਗੱਲਾਂ ਸਿੱਧੂ ਪਰਿਵਾਰ ਨੇ ਵੀ ਕੀਤੀਆਂ, ਸਿੱਧੂ ਸਾਹਿਬ ਦੀ ਬੇਟੀ ਨੇ ਵੀ ਕੀਤੀਆਂ, ਤਾਂ ਸਭ ਕੁਝ ਇਹੋ ਜਿਹਾ ਚੱਲਦਾ ਰਿਹਾ। ਸੋ ਉੱਥੇ ਲੜਾਈ ਡਰੱਗ ਦੇ ਮੁੱਦੇ ਨੂੰ ਲੈ ਕੇ ਔਰ ਦੂਜੇ ਪਾਸੇ ਇਮਾਨਦਾਰ ਦੇ ਛਵੀ ਨੂੰ ਲੈ ਕੇ ਜਿਹੜੀ ਲੜਾਈ ਜਿਹੜੀ ਉਹ ਲੜੀ ਗਈ। ਜੇ ਤਾਂ ਆਪਾਂ ਔਰ ਤੀਸਰਾ ਬੰਦਾ, ਹਾਂ ਤੀਜੀ ਗੱਲ ਸੀ ਜੀਵਨਜੋਤ ਦੀ, ਜੀਵਨਜੋਤ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਜੇਕਰ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਨਹੀਂ ਬਣਾਇਆ ਤਾਂ ਮੈਂ ਤੈਨੂੰ ਅਸੀਂ ਤੁਹਾਨੂੰ ਵਿਧਾਇਕ ਵੀ ਜਿਹੜਾ ਉਹ ਨਹੀਂ ਬਣਨ ਦੇਣਾ।
ਤਾਂ ਕੁਦਰਤੀ ਤੌਰ ਤੇ ਪੰਜਾਬ ਉੱਥੋਂ ਦੀ ਜਿਹੜੀ ਹਵਾ ਸੀ ਉਹ ਇੱਕਦਮ ਬਦਲ ਗਈ। ਤਾਂ ਐਸੋ ਅੰਮ੍ਰਿਤਸਰ ਪੂਰਬੀ ਦੀ ਜੇਕਰ ਤੁਸੀਂ ਗੱਲ ਕਰੋ ਤਾਂ ਉੱਥੇ ਮੁਕਾਬਲਾ ਤਿੰਨ ਕੋਲੀ ਆ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ, ਦੂਜੇ ਪਾਸੇ ਬਿਕਰਮਜੀਤ ਸਿੰਘ ਚਿੱਠੀਆ ਨੇ ਤੇ ਤੀਜੇ ਪਾਸੇ ਆ ਜੀਵਨਜੋਤ ਕੌਰ ਆ। ਤਾਂ ਇਹ ਗੱਲ ਅਮਰਾਨ ਜੀ ਮੰਨਣੀ ਪਊਗੀ ਕਿ ਜੀਵਨਜੋਤ ਕੌਰ ਨੇ ਉੱਥੇ ਇਹਨਾਂ ਦੋਵੇਂ ਧਾਕੜਾਂ ਲੀਡਰਾਂ ਦੀ ਜਿਹੜੀ ਲੜਾਈ ਆ ਇਸ ਨੂੰ ਬਹੁਤ ਮੁਸ਼ਕਲ ਜਿਹੜੀ ਪਾਇਆ ਹੋਇਆ ਹੈ, ਬਹੁਤ ਮੁਸ਼ਕਲ ਬਣਾ ਦਿੱਤੀ ਆ। ਜਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਮਜੀਠੀਆ ਸਮਝਦੇ ਸਨ ਕਿ ਨਵਜੋਤ ਸਿੱਧੂ ਨੂੰ ਢਾਇਆ ਜਾ ਸਕਦਾ, ਨਵਜੋਤ ਸਿੱਧੂ ਇਹ ਕਹਿੰਦਾ ਸੀ ਕਿ ਮੇਰੀ ਇਮਾਨਦਾਰੀ ਦੇ ਬਦੌਲਤ ਹਲਕੇ ਦੇ ਲੋਕ ਮੇਰੇ ਨਾਲ ਨੇ, ਸਭ ਕੁਝ ਮੇਰੇ ਨਾਲ ਨੇ, ਤਾਂ ਸਮਝਦੇ ਸੀ ਕਿ ਫਾਈਟ ਜਿਹੜੀ ਇਹਨਾਂ ਵਿਚਕਾਰ ਹੋਏਗੀ, ਪਰ ਨਹੀਂ, ਇਸ ਲੜਾਈ ਦੇ ਵਿੱਚ ਜੀਵਨਜੋਤ ਕੌਰ ਨੇ ਜਾ ਕੇ ਇਸ ਮੁਕਾਬਲੇ ਨੂੰ ਤਿੰਨ ਕੋਨਾ ਬਣਾਤਾ। ਉਸ ਹਲਕੇ ਦੇ ਲੋਕਾਂ ਦੇ ਜੋ ਵਿਚਾਰ ਨੇ ਉਹ ਕਹਿੰਦੇ ਨੇ ਕਿ ਇੱਕ ਪਾਸੇ ਹੋਮੇ ਬੋਲਦੀ, ਇੱਕ ਪਾਸੇ ਦਾ ਬੋਲ ਬਾਣੀ ਨਹੀਂ ਚੰਗਾ, ਦੂਜੇ ਪਾਸੇ ਦਾ ਡਰੱਗ ਮਾਫੀਆ ਜਿਹੜਾ ਇਲਜ਼ਾਮ ਜਿਹੜੇ ਲੱਗਦੇ ਨੇ, ਤਾਂ ਕਿਉਂ ਨਾ ਫਿਰ ਅਸੀਂ ਕਿਸੇ ਤੀਜੇ ਨਵੇਂ ਬੰਦੇ ਨੂੰ ਜਿਹੜਾ ਮੌਕਾ ਦੇਈਏ ਜਾਂ ਉਸ ਪੜ੍ਹੇ ਲਿਖੇ ਵਰਗ ਨੂੰ ਮੌਕਾ ਦੇ ਜਿਹੜਾ ਪੜ੍ਹੇ ਲਿਖੇ ਵਰਗ ਦੀ ਨੁਮਾਇੰਦਗੀ ਕਰਦਾ। ਸੋ ਲੋਕ ਜਿਹੜੇ ਨੇ ਇੱਕ ਵਰਗ ਜਿਹੜਾ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਉਹ ਵੀ ਜੀਵਨਜੋਤ ਕੌਰ ਦੀ ਜਿਹੜੀ ਸਪੋਰਟ ਸੀਗੀ ਉਹ ਕਰਦਾ ਪਿਆ। ਇਹ ਤਾਂ ਉਸ ਸਥਿਤੀ ਦਾ ਸਿਆਸੀ ਦ੍ਰਿਸ਼ ਹੈ ਜਿਹੜਾ ਉਸ ਹਲਕੇ ਦਾ, ਭਾਵ ਤਿੰਨੇ ਵਿਅਕਤੀ ਜਿਹੜੇ ਨੇ ਨਵਜੋਤ ਸਿੰਘ ਸਿੱਧੂ, ਬਿਕਰਮਜੀਤ ਸਿੰਘ ਜੇਠੀਆ ਔਰ ਜੀਵਨਜੋਤ ਕੌਰ ਇੱਕ ਤਗੜੀ ਫਾਈਟ ਆਪਸ ਦੇ ਵਿੱਚ ਦੇ ਰਹੇ ਨੇ। ਪਰ ਜੇਕਰ ਤੁਸੀਂ ਹੁਣ ਪੰਨਾ ਭਾਰੇ ਦੀ ਗੱਲ ਕਰੋ, ਜੇ ਤਾਂ ਫਿਰ ਮੈਂ ਗੱਲ ਕਰਾਂ ਪੈਸੇ ਦੇ ਮਾਮਲੇ 'ਚ ਜਾਂ ਜਿਸ ਤਰੀਕੇ ਦੀ ਤਾਕਤ, ਨਸ਼ਾ, ਸਭ ਚੀਜ਼ਾਂ ਦੀ ਵਰਤੋਂ ਜਾਂ ਦੁਰਵਰਤੋਂ ਹੋਈ ਆ ਉਸ ਪੱਖ ਤੋਂ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਭਾਰੀ ਲੱਗਦਾ ਕਿ ਹਰ ਤਰੀਕੇ ਨਾਲ ਉਹਨਾਂ ਨੇ ਸੁੱਟ ਦਿੱਤੀ ਇਸ ਜੰਗ ਦੇ ਵਿੱਚ। ਤੇ ਜੇਕਰ ਅਸੀਂ ਗੱਲ ਕਰੀਏ ਕਿ ਬੰਦੇ ਦੀ ਇਮਾਨਦਾਰ ਸ਼ਖਸੀਅਤ ਦੀ, ਪੰਜਾਬ ਪੰਜਾਬੀ ਤੇ ਪੰਜਾਬੀ ਦੇ ਹੱਕਾਂ ਦੇ ਅਲੰਬਰਦਾਰ ਉਹਦੀ ਗੱਲ ਕਰੀਏ, ਤਾਂ ਫਿਰ ਪੱਲੜਾ ਜਿਹੜਾ ਇੱਦਾਂ ਲੱਗਦਾ। ਲੋਕ ਇਹ ਵੀ ਕਹਿੰਦੇ ਆ ਕਿ ਬੇਸ਼ੱਕ ਸਿੱਧੂ ਭਾਵੇਂ 500 ਵੋਟ ਦੇ ਜਿੱਤੇ ਤਾਂ ਭਾਵੇਂ 100 ਵੋਟ ਦੇ ਜਿੱਤੇ, ਜਿੱਤੂਗਾ ਸਿੱਧੂ। ਲੋਕਾਂ ਦੇ ਇਹ ਵੀ ਵਿਚਾਰ ਉੱਥੇ ਲੋਕੇਸ਼ਨ, ਲੋਕੀ ਇਸ ਗੱਲ ਦੇ ਵੀ ਮਦਈ ਆ ਕਿ ਹਾਂ ਭਾਈ ਜੇ ਕੋਈ ਇਮਾਨਦਾਰ ਹੈ, ਜੇ ਕੋਈ ਪੰਜਾਬ ਪੰਜਾਬੀ ਮੁੱਦਿਆਂ ਦੀ ਗੱਲ ਕਰਦਾ ਤਾਂ ਫਿਰ ਉਹ ਸਿੱਧੂ ਆ। ਤਾਂ ਲੋਕਾਂ ਦਾ ਇਹ ਵੀ ਇੱਕ ਵਰਗ ਆ, ਬਹੁਤ ਲੋਕਾਂ ਦਾ ਇੱਕ ਵੱਡਾ ਵਰਗ ਇਹ ਗੱਲ ਕਹਿੰਦਾ ਕਿ ਜੋ ਮਰਜ਼ੀ ਹੋ ਜਾਏ ਜਿੱਤੂਗਾ ਸਿੱਧੂ, ਭਾਵੇਂ ਜਿੱਤੇ 10 ਵੋਟਾਂ ਦੇ, ਭਾਵੇਂ 100 ਵੋਟਾਂ ਦੇ, ਭਾਵੇਂ 500 ਵੋਟਾਂ ਦੇ, ਇਹੋ ਜਿਹਾ ਇੱਕ ਵਰਗ ਵੀ ਹੈਗਾ। ਤੇ ਇੱਕ ਵਰਗ ਇਹ ਵੀ ਹੈਗਾ ਜਿਹੜਾ ਕਹਿੰਦੇ ਨੇ ਕਿ ਸ਼ਾਇਦ ਇਹਨਾਂ ਦੋਵਾਂ ਜਿਹੜੇ ਧਾਕੜ ਲੀਡਰ ਨੇ ਇਹਨਾਂ ਦੀ ਆਪਸੀ ਲੜਾਈ ਦਾ ਫਾਇਦਾ ਸ਼ਾਇਦ ਜੀਵਨਜੋਤ ਕੌਰ ਜਾਂ ਆਮ ਆਦਮੀ ਪਾਰਟੀ ਨੇ ਲੈ ਜੇ। ਸੋ ਕਹਿਣ ਦਾ ਅਰਥ ਆ ਕਿ ਸਭ ਤੋਂ ਜ਼ਿਆਦਾ ਨਜ਼ਰਾਂ ਜਿਹੜੀਆਂ ਨੇ ਉਸ ਹਲਕੇ ਤੇ ਟਿੱਕੀਆਂ ਆ, ਜਿੱਥੋਂ ਸਥਿਤੀਆਂ ਜਿਹੜੀਆਂ ਅਸਲ ਸਥਿਤੀਆਂ ਨੇ ਉਹ 10 ਮਾਰਚ ਨੂੰ ਨਤੀਜਾ ਸਾਹਮਣੇ ਜਦੋਂ ਆਏਗਾ ਫਿਰ ਪਤਾ ਲੱਗੇਗਾ। ਜੀ ਬਿਲਕੁਲ ਅਣਖੀ ਸਾਹਿਬ, ਗੱਲ ਕਰੀਏ ਲੰਬੀ ਸੀਟ ਦੀ ਤਾਂ ਪੰਜਾਬ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉੱਥੋਂ ਉਮੀਦਵਾਰ ਨੇ, ਦੂਜੇ ਪਾਸੇ ਜਸਪਾਲ ਸਿੰਘ ਅਬੁੱਲ ਖੁਰਾਨਾ ਉੱਥੋਂ ਉਮੀਦਵਾਰ ਕਾਂਗਰਸ ਦੇ ਨੇ ਤੇ ਗੁਰਮੀਤ ਖੁੱਡੀਆਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਤਾਂ ਮੁਕਾਬਲਾ ਕਿਸਦਾ ਕਿਸਦੇ ਨਾਲ ਆ, ਕਿਉਂਕਿ ਅਕਾਲੀਆਂ ਦਾ ਉਹ ਗੜ੍ਹ ਵੀ ਮੰਨਿਆ ਜਾਂਦਾ, ਲੰਬੇ ਸਮੇਂ ਤੋਂ ਅਕਾਲੀ ਉੱਥੋਂ ਜਿੱਤਦੇ ਵੀ ਆਏ ਨੇ ਤੇ ਇਸ ਵਾਰ ਪਰ ਜਿਹੜੀ ਆ ਚਰਚਾਵਾਂ, ਜੇਕਰ ਅਸੀਂ ਕਹੀਏ ਕਿ ਅਸੀਂ ਗੱਲਬਾਤ ਜਿਹੜੀ ਆ ਲੋਕਾਂ ਦੇ ਨਾਲ ਵੀ ਕੀਤੀ ਆ, ਭਾਵੇਂ ਨਿੱਜੀ ਤੌਰ ਦੇ ਉੱਤੇ ਵੀ ਉੱਥੋਂ ਦੇ ਜਿਹੜੇ ਲੋਕ ਨੇ ਜਾਣ ਪਛਾਣ ਦੇ ਉਹਨਾਂ ਨਾਲ ਗੱਲ ਕਰੀਏ ਤਾਂ ਇਸ ਵਾਰ ਇਹ ਮੰਨਿਆ ਜਾ ਰਿਹਾ ਉੱਥੇ ਕਿ ਗੁਰਮੀਤ ਖੁੰਡੀਆਂ ਜਿਹੜੇ ਨੇ ਕਿ ਬਾਬਾ ਬੋੜ ਨੂੰ ਟੱਕਰ ਦੇ ਰਹੇ ਨੇ, ਕੀ ਲੱਗਦਾ ਉੱਥੇ ਦੀ ਸਥਿਤੀਆਂ ਕੀ ਨੇ ਜੀ? ਦੇਖੋ ਲੰਬੀ ਹਲਕਾ ਬਾਦਲ ਪਰਿਵਾਰ ਦਾ ਇੱਕ ਜੱਦੀ ਕੱਢ ਰਿਹਾ, ਅੱਜ ਤੱਕ ਬਹੁਤ ਘੱਟ ਮੌਕਾ ਆਇਆ ਕਿ ਜਦੋਂ ਬਾਦਲ ਪਰਿਵਾਰ ਦਾ ਮੈਂਬਰ ਕੋਈ ਹਰਿਆ ਹੋਵੇ, ਲੰਬੀ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਗੜ ਰਿਹਾ, ਤਾਂ ਉੱਥੋਂ ਇਹ ਸੋਚਣਾ ਕਿ ਪ੍ਰਕਾਸ਼ ਸਿੰਘ ਬਾਦਲ ਹੋਣੀ ਹਾਰ ਸਕਦੇ ਆ, ਨਵੀਂ ਦਿਸ਼ਾ ਕੀ ਹੋ ਸਕਦੇ ਨੇ, ਇਹ ਜੇਕਰ ਪਿਛਲੇ ਇਤਿਹਾਸ ਦੇ ਸੰਬੰਧ ਚ ਵੇਖਾਂ ਤਾਂ ਇਹ ਗੱਲ ਮੈਨੂੰ ਬੜੀ ਹੋਰ ਤਰ੍ਹਾਂ ਦੀ ਲੱਗਦੀ ਹੈ। ਪਰ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਉਮਰ ਦੇ 94-95 ਸਾਲ ਦੇ ਵਿੱਚ ਉਹਨਾਂ ਨੇ ਚੋਣ ਮੈਦਾਨ ਵਿੱਚ ਉਤਾਰਿਆ ਉਸ ਹਲਕੇ ਤੋਂ, ਔਰ ਉਸ ਹਲਕੇ ਤੋਂ ਜਦੋਂ ਬਾਬਾ ਬੋੜ ਕਹਿੰਦਾ ਕਿ ਮੈਂ ਨਹੀਂ ਚੋਣ ਲੜਦਾ, ਮੇਰੀ ਆਖਰੀ ਚੋਣ, ਹਰ ਵਾਰੀ ਉਹ ਆਖਰੀ ਚੋਣ ਕਹਿ ਕੇ ਖਲੋ ਜਾਂਦੇ ਤੇ ਕਹਿੰਦੇ ਜੀ ਪਾਰਟੀ ਦਾ ਹੋ, ਪਾਰਟੀ ਕਿਹੜੀ ਪਾਰਟੀ, ਸੁਖਬੀਰ ਬਾਦਲ ਨੇ ਖੜੇ ਕਰ ਦਿੱਤਾ ਤਾਂ ਉਹ ਖਲੋ ਗਏ। ਤਾਂ ਨਿਰਸੰਦੇਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਉਸ ਹਲਕੇ 'ਚ ਜੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਤਗੜਾ ਆਧਾਰ ਆ, ਉੱਥੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਿਸੇ ਸਮੇਂ ਜਾਣ ਦੀ ਜ਼ਰੂਰਤ ਵੀ ਨਹੀਂ ਸੀ ਪੈਂਦੀ, ਕਾਗਜ਼ ਭਰਦੇ ਸੀ ਤੇ ਸਿਰਫ ਸਰਟੀਫਿਕੇਟ ਲੈ ਕੇ ਆ ਜਾਂਦੇ ਸਨ। ਪਰ ਇਹਨਾਂ ਚੋਣਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਜਿਹੜੀ ਚੋਣ ਮਹਿੰਮੇ ਆ ਉਹ ਆਪਣੀ ਸੋਟੀ ਦੇ ਸਹਾਰੇ ਉੱਥੇ ਜਾ ਕੇ ਚਲਾਉਣੀ ਪਈ, ਆਸਰਾ ਲੈ ਕੇ ਗੱਲਬਾਤ ਕਰਦਿਆਂ ਵੇਖਿਆ, ਕਦੇ ਹਰਸਿਮਰਤ ਕੌਰ ਬੋਲਦੀ ਸੀ ਤੇ ਕਦੇ ਉਹਨਾਂ ਦਾ ਪੋਤਾ ਅਨੰਤਵੀਰ ਸਿੰਘ ਵੀ ਉੱਥੇ ਆਪਣੇ ਦਾਦੇ ਦੀ ਚੋਣ ਕੰਪੇਨ ਦੇ ਵਿੱਚ ਹਿੱਸਾ ਲਿੱਤਾ ਸੀ ਵੇਖਿਆ।
पर जिस तरीके ना हम गुरमीत सिंह खुड़िया का नाम ला रहे हो, ये सारे लोग कह रहे हैं कि वो एक तगड़ी फाइट जी श्रोमणी अकाली दल के बाबा बोहड़ जो सियासत के सिख सियासत के बाबा बोहड़ प्रकाश सिंह बादलों एक तगड़ी फाइट दे रहे हैं, तो शायद नतीजे उत्थे भी कुछ होर हो सकते हैं। तो यह क्योंकि लोग जोड़े ने शायद इस वे एक रिटायरमेंट की उम्र होंगी इमरान, जिस तरह सरकारी 68 साल 60 साल या 58 साल 58 साल करता जी सेंटर गौरमेंट दी कोई जॉब नहीं, 65 साल बंद रिटायर कर देंगे या फिर OST ला देंगे 70 साल के यह जो 70 साल तक का काम इस तरह हो जाता फिर मतलब ठेके ठूके के करके। पर प्रकाश सिंह बादल ने अपनी उम्र के 94 दसवें दहाक जो नहीं कह सकते नौवा दहाक आ जा दसवें दहाक दाखिल हो चुके हैं, नौवे दहाक अजे भी जी गल किसी बन्ने लगती नहीं, वो अजे भी अपनी सरगर्म सियासत से हिस्सा लै रहे हैं। तो जो बंदा रिटायर होने तैयार ही ना हो तो फिर लोग कई बार जबरी रिटायर कर देंगे। तो मैं इस तरह लगता कि योजे हालात कितने प्रकाश सिंह बादल होना उम्र के इस आखिरी पड़ा से लंबी हल्के के लोग ना करन कि उन्होंने जबरी रिटायरमेंट दे के घर भाल देन, जिस तरह कुछ महकमे भी करते कि हाँ भाई सारी जिंदगी का ठेका इन्हें थोड़ा लिया। ये तो कह रहे हैं क्योंकि जिस तरीके दरसोवं मिल रही ने उत्थे गुरमीत सिंह खुड़िया जी तगड़ी फाइट जी दे रहे हैं। बाकी फिर भी इमरान जी प्रकाश सिंह बादल प्रकाश सिंह बादल ही है, उसका मुकाबला जो उसके मन च हुंदा ਉਹ ਤਾਂ ਕਹਿੰਦੇ ਉਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਅੱਗੇ ਪਲ ਕੀ ਕਰਨਾ, ਸ਼ਾਇਦ ਇਹੋ ਹੀ ਕਾਰਨ ਕਿ 30 ਸਾਲ ਦੇ ਕਰੀਬ ਉਹਨੇ ਪੰਜਾਬ ਸਿਆਸਤ ਨੂੰ ਆਪਣੀਆਂ ਉਂਗਲਾਂ ਦੇ ਵਿੱਚ ਆਇਆ ਗਾਹ ਕੀ ਬਾਤਾਂ ਇਹ ਉਂਗਲਾਂ ਸਮਾਂ ਦੱਸੇ। ਬਿਲਕੁਲ ਬਿਲਕੁਲ ਅਣਖੀ ਸਾਹਿਬ, ਗੱਲ ਧੂਰੀ ਦੀ ਕਰੀਏ, ਧੂਰੀ ਸੀਟ ਤੇ ਜਲਾਲਾਬਾਦ ਸੀਟ ਜਿਹੜੀਆਂ ਦੋ ਸੀਟਾਂ ਨੇ ਇਹ ਵੀ ਬੜੀ ਹੌਟ ਮੰਨੀ ਜਾਂਦੀਆਂ ਨੇ, ਇਹਨਾਂ ਸੀਟਾਂ ਦੇ ਕੀ ਸਮੀਕਰਨ ਨੇ? ਕਿਉਂਕਿ ਧੂਰੀ ਸੀਟ ਦੀ ਗੱਲ ਕਰੀਏ, ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਨੇ, ਦੂਜੇ ਪਾਸੇ ਨੌਜਵਾਨ ਚਿਹਰਾ ਦਲਵੀਰ ਗੋਲਡੀਆ, ਇਹ ਸੀਟਾਂ ਨੂੰ ਕਿਵੇਂ ਦੇਖਦੇ ਹੋ, ਕੀ ਸਮੀਕਰਨ ਨੇ ਇਹਨਾਂ ਸੀਟਾਂ ਦੇ ਉੱਤੇ? ਦੇਖੋ ਜਿਹੜੀ ਧੂਰੀ ਦੀ ਸੀਟ ਆ ਉੱਥੋਂ ਦਲਵੀਰ ਗੋਲਡੀ ਔਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਸੰਭਾਵੀ ਉਮੀਦਵਾਰ ਜਿਹੜੇ ਭਗਵੰਤ ਮਾਨ ਹੋਣਗੇ, ਤਾਂ ਭਗਵੰਤ ਮਾਨ ਹੋਣਾ ਦਾ ਇੱਕ ਆਪਣਾ ਸਿਆਸੀ ਕੱਦ ਹੈਗਾ, ਔਰ ਦੂਜੇ ਪਾਸੇ ਦਲਵੀਰ ਗੋਲਡੀ ਜਿਹੜੇ ਨੇ ਆ ਉਹਨਾਂ ਨੂੰ ਤਕੜੀ ਟੱਕਰ ਜਿਹੜੀ ਆ ਉਹ ਦੇ ਰਹੇ ਨੇ। ਬੇਸ਼ੱਕ ਦਲਵੀਰ ਗੋਲਡੀ ਦੀ ਪਤਨੀ ਵੱਲੋਂ ਇਹ ਕਿਹਾ ਜਾਂਦਾ ਕਿ ਭਗਵੰਤ ਮਾਨ ਨੂੰ ਆਪਣੇ ਹਲਕੇ ਦੇ ਜਾਂ ਪਿੰਡਾਂ ਦਾ ਨਹੀਂ ਪਤਾ, ਉਹਦਾ ਨਹੀਂ ਪਤਾ, ਜਿਹਦਾ ਨਹੀਂ ਪਤਾ, ਪਰ ਇਹ ਗੱਲ ਮੰਨਣੀ ਪਊਗੀ ਕਿ ਜਿਹੜਾ ਬੰਦਾ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਪਹਿਲੀ ਵਾਰ ਤਾਂ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਹਵਾ 'ਚ ਜਿੱਤਦਾ, ਤੇ ਦੂਜੀ ਵਾਰ ਉਹ ਬੰਦਾ ਆਪਣੇ ਕੰਮਾਂ ਦੇ ਆਧਾਰ ਤੇ ਫਿਰ ਆਮ ਆਦਮੀ ਪਾਰਟੀ ਦਾ ਖਲੋਤਾ ਵਾਰਸ ਬਣ ਕੇ ਲੋਕ ਸਭਾ 'ਚ ਪਹੁੰਚਦਾ। ਤਾਂ ਇਸ ਦਾ ਮਤਲਬ ਇਹ ਆ ਕਿ ਫਿਰ ਉਸ ਹਲਕੇ 'ਚ ਉਸਦਾ ਆਧਾਰ ਕੀ ਆ ਜਾਂ ਲੋਕਾਂ ਨਾਲ ਉਸਦਾ ਮੇਲਜੋਲ ਕੀ ਆ, ਇਹਦੇ ਉੱਤੇ ਫਿਰ ਸਾਨੂੰ ਕਿੰਤੂ ਪਰੰਤੂ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਤਾਂ ਨਾ ਵਿਸ਼ਲੇਸ਼ਣ ਕਰਨਾ ਚਾਹੀਦਾ। ਕਿਉਂਕਿ ਜਿਹੜਾ ਬੰਦਾ ਲਗਾਤਾਰ 2 ਵਾਰੀ ਜਿੱਤਦਾ ਉਹ ਵੀ 1.5 ਲੱਖ ਦੇ ਵੋਟਾਂ ਦੇ ਫਰਕ ਦੇ ਨਾਲ, ਪਹਿਲੀ ਵਾਰੀ ਇਹ ਫਰਕ ਜ਼ਿਆਦਾ ਸੀ, ਦੂਜੀ ਵਾਰੀ ਉਹ 1.5 ਲੱਖ, ਤਾਂ ਇਸ ਦਾ ਸਾਫ਼ ਅਰਥ ਇਹ ਆ ਕਿ ਇਮਰਾਨ ਜੀ ਉਸ ਹਲਕੇ ਦੇ ਵਿੱਚ ਭਗਵੰਤ ਮਾਨ ਵੱਲੋਂ ਕੀਤੇ ਗਏ ਕੰਮ ਉਹ ਜਿਹੜੇ ਬੋਲਦੇ ਨੇ ਲੋਕਾਂ ਦੇ ਵਿੱਚ ਉਸਦਾ ਇੱਕ ਤਗੜਾ ਆਧਾਰ ਹੈਗਾ। ਠੀਕ ਹੈ, ਗੋਲਡੀ ਹੁਣੀ ਇਹਦੇ ਵਿਧਾਇਕ ਨੇ ਜਿਹੜਾ ਇੱਕ ਟੱਕਰ ਦੇ ਰਹੇ ਨੇ, ਪਰ ਉੱਥੇ ਜਿਹੜਾ ਪੱਲੜਾ ਹੈ ਉਹ ਭਗਵੰਤ ਮਾਨ ਦਾ ਪਾ ਆਮ ਆਦਮੀ ਪਾਰਟੀ ਦਾ ਹੀ ਪਾਲਾ ਲੱਗਦਾ ਕਿਉਂ, ਕਿਉਂਕਿ ਜੇਕਰ ਮੁੱਖ ਮੰਤਰੀ ਹੀ ਜਿਹੜਾ ਪੰਜਾਬ ਦਾ ਸੰਭਾਵੀ ਮੁੱਖ ਮੰਤਰੀ ਬਣਨ ਦੇ ਰੂਪ ਚ ਉੱਥੋਂ ਚੋਣ ਲੜਦਾ ਪਿਆ, ਜੇਕਰ ਉਹ ਹੀ ਹਰਜੇ ਤਾਂ ਫਿਰ ਬਾਕੀ ਪਾਰਟੀ ਦਾ ਆਧਾਰ ਕੀ ਹੋਵੇਗਾ, ਇਹ ਪ੍ਰਸ਼ਨ ਹੈ, ਤਾਂ ਉਹ ਫਿਰ ਪੱਲਾ ਭਾਰੀ। ਤੇ ਦੂਜਾ ਤੁਸੀਂ ਜਲਾਲਾਬਾਦ ਸੀਟ ਦੀ ਗੱਲ ਕਰਦੇ ਜੀ, ਜਲਾਲਾਬਾਦ ਸੀਟ ਜਿਹੜੀ ਆ ਪ੍ਰਕਾਸ਼ ਸੁਖਬੀਰ ਸਿੰਘ ਬਾਦਲ ਹੋਣੀ ਉੱਥੋਂ ਚੋਣ ਲੜਦੇ ਪਏ ਆ, ਤਾਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਨੇ ਤੇ ਮੁੱਖ ਮੰਤਰੀ ਦਾ ਚਿਹਰਾ ਨੇ। ਤਾਂ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਉਹ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਨੇ, ਕੇਵਲ ਇੱਕੋ ਵਾਰ ਉਹ ਸੀਟ ਉਦੋਂ ਗਈ ਜਦੋਂ ਮਿਡਟਰਮ ਪੋਲ ਸੀ, ਤਾਂ ਉਹ ਸੀਟ ਅਰਵਿੰਦਰ ਆਵਲਾ ਨੂੰ ਦੇ ਦਿੱਤੀ ਗਈ, ਉਹ ਜਿੱਤ ਗਏ। ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸੀ ਉਹ ਹਾਰ ਗਏ, ਪਰ ਇਸ ਵੇਲੇ ਉਹ ਖੁਦ ਮੈਦਾਨ 'ਚ ਨੇ। ਤਾਂ ਇਮਰਾਨ ਜੀ ਕੁਝ ਚਿਹਰੇ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਹੱਕ ਵਾਸਤੇ ਨਹੀਂ, ਕੇਵਲ ਅਸੀਂ ਕਹਿ ਸਕਦੇ ਕਿ ਉਹਨਾਂ ਦੀ ਇੱਕ ਲੀਡ ਜਿਹੜੀ ਆਪਣੇ ਆਪ ਹੀ ਬਣ ਜਾਂਦੀ, ਆਪਣੇ ਆਪ ਹੀ ਪਛਾਣ ਬਣ ਜਾਂਦੀ ਆ। ਕੁਦਰਤੀ ਤੌਰ ਤੇ ਜਲਾਲਾਬਾਦ ਦੇ ਵਿੱਚ ਅਗਰ ਵੇਖਿਆ ਜਾਏ ਤਾਂ ਸੁਖਬੀਰ ਸਿੰਘ ਬਾਦਲ ਦਾ ਹੀ ਪੱਲੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਪਾਲਾ ਜਿਹੜਾ ਉਹ ਲੱਗਦਾ ਹੈ। ਜੀ ਜੀ ਬਿਲਕੁਲ ਬਿਲਕੁਲ ਅਣਖੀ ਸਾਹਿਬ, ਤੁਸੀਂ ਵਿਸਥਾਰ ਦੇ ਨਾਲ ਤਰਕ ਦੇ ਆਧਾਰ ਤੇ, ਤੱਥਾਂ ਦੇ ਆਧਾਰ ਦੇ ਉੱਤੇ ਤੁਸੀਂ ਪੂਰੀਆਂ ਜਿਹੜੀਆਂ ਹੌਟ ਉਹਨਾਂ ਦੇ ਉੱਤੇ ਸਮੀਕਰਨ ਕਿਹੋ ਜਿਹੇ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਆ। ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਕੋਈ ਹੋਰ ਮੁੱਦਾ ਲੈ ਕੇ, ਤਦ ਤੱਕ ਲਈ ਦੋ ਇਜਾਜ਼ਤ, ਧੰਨਵਾਦ।